ਜਤੈਂਦਰ ਸਿੰਘ ਖਾਨ ਦੀ ਕਹਾਣੀ ਹੋਂ ਦਾ ਅਗਲਾ ਹਿੱਸਾ ਨਾਂ ਤਾਂ ਇਹਨੇ ਦੱਸਿਆ ਨਾ ਹੀ ਮੇਰੀ ਪੁੱਛਣ ਦੀ ਹਿੰਮਤ ਪਈ ਐ ਸ਼ਾਇਦ ਉਸ ਰੰਡੀ ਨੇ ਘਰੋਂ ਘੜ ਦਿੱਤਾ ਜੇ ਘਰ ਦਾ ਪਾਲਿਆ ਕੁੱਤਾ ਬਿੰਦਕ ਨਾਂ ਦੇ ਸੇ ਤਾਂ ਲੱਭਣ ਲੱਗੀ ਤੇ ਪਰ ਉਹਨੇ ਇੱਕ ਵਾਰ ਨਹੀਂ ਪੁੱਛਿਆ ਨਾ ਲੱਭਿਆ ਮੇਰਾ ਪਾਠ ਚ ਮਨ ਨਹੀਂ ਲੱਗਦਾ ਕੱਲ ਸਵੇਰੇ ਗੁਰਦੁਆਰੇ ਗਈ ਮੱਥਾ ਟੇਕਿਓ ਨਹੀਂ ਪੈਰੀ ਮੋੜਾਈ ਅੱਖਾਂ ਘੜੀ ਮੁੜੀ ਵਗਣ ਲੱਗਦੀਆਂ ਨੇ 15 ਵਰੇ ਮਰ ਮਰ ਕੇ ਜੀਵੀ ਅੱਖ ਕਦੇ ਪਾਣੀ ਨਹੀਂ ਆਇਆ ਜਿਵੇਂ ਬਰਫ਼ ਬਣ ਗਿਆ ਸੀ ਹੁਣ ਪਿਗਰੀ ਜਾਂਦਾ ਕਸ਼ਮੀਰ ਦੀ ਮੌਤ ਤੇ ਵੀ ਇੰਨਾ ਹੀ ਰੋਈ ਸੀ ਚੰਦਰਾ ਅਣਾਈ ਮਾਰਿਆ ਗਿਆ ਮਾੜੇ ਕੰਮਾਂ ਦੇ ਮਾੜੇ ਨਤੀਜੇ ਹੁੰਦੇ ਨੇ ਚੰਦਰਾ ਫੀਮ ਫੂਮ ਦੀ ਬਲੈਕ ਕਰਦਾ ਸੀ ਅੱਡ ਹੋ ਕੇ ਤਾਈਓ ਇੰਨੀ ਸੋਹਣੀ ਕੋਠੀ ਖੇਤ ਚ ਛੱਤ ਲਈ ਸੀ ਬਥੇਰਾ ਪੈਸਾ ਬਣ ਲਿਆ ਸੀ ਪਰ ਆਪ ਨਾ ਵਰਤ ਸਕਿਆ ਪੁਲਿਸ ਨਾਲ ਲੁਕਣ ਮਿੱਟੀ ਖੇੜ ਦਾ ਘਾਰ ਸਮੇਤ ਨਹਿਰ ਚ ਝਾੜ ਡੇਗਾ ਕਈ ਕਹਿੰਦੇ ਨੇ ਕਿ ਪੁਲਿਸ ਨਾਲ ਤਾਂ ਉਹ ਰਲ ਕੇ ਕੰਮ ਕਰਦਾ ਸੀ ਕਾਰ ਦੇ ਬ੍ਰੇਕ ਫੇਲ ਹੋ ਗਏ ਅੱਡ ਹੋ ਕੇ ਅਸੀਂ ਇੱਕ ਦੂਜੇ ਨਾਲ ਬੋਲ ਸਾਂਝਾ ਵੀ ਨਹੀਂ ਸੀ ਕੀਤਾ ਮੁਸੀਬਤ ਪਈ ਤਾਂ ਭੱਜੇ ਗਏ ਆਖਰ ਖੂਨ ਹੈ ਤੜਫਦਾ ਦੀਪੂ ਨੂੰ ਦੰਦਲਾਂ ਪਈ ਜਾਨ ਕਦੀ ਉਹਨੂੰ ਸੰਭਾਲਦੀ ਕਦੀ ਉਹਦੇ ਜਵਾਕ ਨੂੰ ਕਦੀ ਆਈਆਂ ਮਕਾਨਾਂ ਨੂੰ ਰੋ ਰੋ ਬੁਰਾ ਹਾਲ ਰਾਤੀ ਥੱਕ ਟੁੱਟ ਕੇ ਮੰਜੇ ਤੇ ਪੈਂਦੀ ਇੱਕ ਰਾਤ ਭੈੜਾ ਜਿਹਾ ਸੁਪਨਾ ਆਇਆ ਜਾਨੀ ਸੱਪ ਤੇ ਸਪਣੀ ਮਣੀ ਨਾਲ ਖੇਡਦੇ ਨੇ ਇੱਕ ਹੋਰ ਸਪਣੀ ਆਈ ਉਹਨੇ ਪਹਿਲੀ ਸਪਣੀ ਨੂੰ ਡੰਗ ਲਿਆ ਸੱਪ ਤੇ ਮਣੀ ਤੋ ਲੈ ਕੇ ਧੁਰ ਗਈ ਤਰਬ ਕੇ ਉੱਠੀ ਇਹ ਪ੍ਰੇਤ ਦਿਸਣੇ ਚੰਗੇ ਨਹੀਂ ਹੁੰਦੇ ਉੱਠ ਕੇ ਆਲਾ ਦੁਆਲਾ ਦੇਖਿਆ ਉਹ ਇਹਦੇ ਆਲਾ ਮੰਜਾ ਖਾਲੀ ਇਹ ਦੂਜੇ ਕਮਰੇ ਚ ਬੈਠਾ ਧੌਲੇ ਝੁਗ ਰਿਹਾ ਸੀ ਮੈਂ ਕੋਲ ਜਾ ਖੜੀ ਇਹ ਤਰਬ ਗਿਆ ਸ਼ੀਸ਼ਾ ਮੋਚਨਾ ਰੱਖ ਕੇ ਲਾਈਟ ਬੁਝਾ ਦਿੱਤੀ ਮੈਨੂੰ ਬਾਹੂ ਫੜ ਕੇ ਕੋਲ ਬਿਠਾ ਲਿਆ ਹੌਲੀ ਜੀ ਬੋਲਿਆ ਸਾਰੇ ਸਿਆਣੇ ਬੰਦੇ ਮੇਰੇ ਪਿੱਛੇ ਪਏ ਹੋਏ ਨੇ ਜਿਵੇਂ ਕੰਜਰਖਾਨਾ ਕਰਕੇ ਦੀਪੋ ਅੱਡ ਹੋਈ ਸੀ ਦਿਲ ਤਾਂ ਮੰਨਦਾ ਨਹੀਂ ਪਰ ਇਹਨਾਂ ਸਿਆਣਿਆਂ ਦੀ ਕਿਵੇਂ ਮੋੜਾ ਨਾਲੇ ਹੋਰ ਕੋਈ ਰਾਹ ਵੀ ਨਹੀਂ ਸੋਨੂੰ ਅਜੇ ਨਿਆਣਾ ਹੈ ਜੇ ਇਹਦੇ ਪੱਕੇ ਸਾਡੀ ਖਾਨਦਾਨੀ ਜ਼ਮੀਨ 'ਚ ਬੜੇ ਹਿੱਕ ਤੇ ਸੱਪ ਲੇਟਣੇ ਨੇ ਉਨ ਤੋਂ ਪਹਿਲਾਂ ਇਹਦੇ ਨਾਲੋਂ ਪਹਿਲਾਂ ਇਹ ਦੋਇਮਤੇ ਰਹੋ ਰਲ ਮਿਲ ਕੇ ਮੁੱਠੀ ਮਿੱਚੀ ਰਹੋ ਮੈਂ ਕੀ ਬੋਲਦੀ ਪੱਥਰ ਹੀ ਹੋ ਗਈ ਹੁਣ ਸਮਝ ਲੱਗੀ ਕਿਉਂ ਕਈਆਂ ਦਿਨਾਂ ਤੋਂ ਖੱਬੀ ਅੱਖ ਫਰਕਦੀ ਸੀ ਸੁੱਨ ਹੋਈ ਬੈਠੀ ਰਹੀ ਇਹ ਪਤਾ ਨਹੀਂ ਕੀ ਕੀ ਸਮਝਦਾ ਕਿ ਚਲਾ ਗਿਆ ਵੀਰ ਮੇਰੇ ਨੇ ਤਾਂ ਲਕੀਰ ਖਿੱਚ ਲਈ ਸੀ ਕਹਿੰਦਾ ਮੈਂ ਨਹੀਂ ਇਹ ਕੰਮ ਹੋਣ ਦੇਣਾ ਮੈਂ ਹੀ ਉਹਨੂੰ ਰੋਕਿਆ ਸੀ ਰਹਿਣ ਦੇ ਵੀਰਾ ਮੈਂ ਆਪਣੇ ਕਰਮਖਾਨੇ ਨੇ ਰੱਬ ਖਬਰੀ ਕਿਹੜੀ ਗੱਲੋਂ ਰਾਜੀ ਏ ਕਸ਼ਮੀਰੀ ਦੇ ਭੋਗ ਤੇ ਉਹਦੇ ਸਹੁਰਿਆਂ ਨੇ ਪਾਗੇ ਦੀ ਸਰਬੰਤੀ ਮੇਰਾ ਰੋਣਾ ਸੁੱਕ ਗਿਆ ਜੇ ਰੋਨੀ ਆ ਤਾਂ ਐ ਲੱਗੂ ਕਸ਼ਮੀਰੀ ਨੂੰ ਨਹੀਂ ਇਹਨੂੰ ਰੋਨੀ ਆ ਮਰੇ ਆਦਮੀ ਨੂੰ ਰੋਣਾ ਹੋਰ ਗੱਲ ਐ ਜਿਉਂਦੇ ਨੂੰ ਰੋਂਦੀ ਤੀਵੀ ਤਾਂ ਐਵੇਂ ਲੁੱਚੀ ਜੀ ਲੱਗਦੀ ਐ ਸਮਝਦੀ ਸੀ ਮੇਰੇ ਹੇਠਾਂ ਲੱਗੇ ਰਹੂਗੀ ਅਸੀਂ ਉਹਨੂੰ ਸਹਾਰਾ ਦਿੱਤਾ ਸੀ ਇਹਨੇ ਉਹਦੀ ਬਹੁਤੀ ਕਦਰ ਨਹੀਂ ਕਰਨੀ ਦੀਪੂ ਨੇ ਇਹਦੀ ਇੰਨੀ ਬੇਇੱਜ਼ਤੀ ਕੀਤੀ ਸੀ ਇਹ ਨੂੰ ਘਾਹ ਪਾਣੀ ਨਹੀਂ ਪਾਉਣ ਲੱਗਿਆ ਪਰ ਮੈਨੂੰ ਥੋੜੇ ਚਿਰ ਬਾਅਦ ਹੀ ਪਤਾ ਲੱਗਿਆ ਪਹਿਲਾਂ ਦੋਇਮ ਤੇ ਨਹੀਂ ਮੈਂ ਤਾਂ ਲਾਗੜਾਂ ਨਾਲੋਂ ਵੀ ਮਾੜੀ ਹਾਂ ਸਭ ਕੁਝ ਜਰ ਲੈਂਦੀ ਪਰ ਜਦੋਂ ਇਹ ਵੀ ਮੂੰਹ ਮੋੜ ਗਿਆ ਕਸੂਰ ਮੇਰਾ ਵੀ ਸੀ ਵਿਆਹ ਤੋਂ ਪਹਿਲਾਂ ਮੇਰਾ ਮੰਗਣਾ ਹੋਇਆ ਸੀ ਮੀਤ ਵਿਆਹ ਤੋਂ ਮੁੱਕਰ ਗਿਆ ਮੈਂ ਹੀ ਗੁਰਦੁਆਰੇ ਜਾ ਕੇ ਅਰਦਾਸ ਕੀਤੀ ਸੀ ਏ ਮਹਾਰਾਜ ਇਹ ਕੰਮ ਸਿਰੇ ਚੜ ਜਵੇ ਮੰਗਣਾ ਛੁੱਟੇ ਦਾ ਦਾਗ ਮੱਥੇ ਲੈ ਕੇ ਕਿੱਥੇ ਫਿਰੂੰਗੀ ਔਰ ਮੈਂ ਕੁਝ ਨਹੀਂ ਮੰਗਦੀ ਨਾ ਹੀ ਕਿਸੇ ਚੀਜ਼ ਦੀ ਲੋੜ ਹੈ ਪਰ ਜਿਉਂਦੇ ਜੀਆਂ ਦੀਆਂ ਲੋੜਾਂ ਕਿੱਥੇ ਮੁੱਕਦੀਆਂ ਨੇ ਮੰਗਣ ਤਾਂ ਉਸੇ ਦਰ ਜਾਣਾ ਪੈਂਦਾ ਹੁਣ ਸੋਚਦੀਆਂ ਸ਼ਾਇਦ ਐਸੀ ਕਰਕੇ ਮੇਰੀ ਗੋਦ ਸੁੰਨੀ ਹੈ ਪੱਗ ਬਣਾਉਣ ਤੋਂ ਬਾਅਦ ਇੱਕਦਮ ਬਦਲ ਗਿਆ ਸੰਤਾ ਆਖਿਆ ਦੋਵੇਂ ਪਤੀ ਪਤਨੀ ਡੇਰੇ ਆਇਓ ਝੋਲੀ ਫਲ ਪਾਵਾਂਗੇ ਪਰ ਇਹ ਮੰਨਿਆ ਨਹੀਂ ਕਹਿੰਦਾ ਬਥੇਰੀਆਂ ਜੁੱਤੀਆਂ ਖਸਾਲੀਆਂ ਤੇਰੇ ਨਾਲ ਫਿਰ ਫਿਰ ਕੇ ਇਹਨੂੰ ਵਾਸ ਕਰਨ ਲਈ ਸੰਤਾ ਕੋਲੋਂ ਪੂਜਾ ਕਰਵਾ ਰਹੀ ਸੀ ਸੋਨੂ ਮੇਰਾ ਬਹੁਤ ਕਰਦਾ ਸੀ ਜਿੱਧਰ ਜਾਂਦੀ ਮੇਰੇ ਨਾਲ ਜਾਣ ਦੀ ਰਿਆੜ ਕਰਨ ਲੱਗਦਾ ਇਹੋ ਜੇ ਕੰਮ ਤੁਰਦਿਆਂ ਜੇ ਬੱਚਾ ਹੱਸਦਾ ਮਿਲੇ ਸ਼ੁਭ ਹੁੰਦਾ ਰੋਂਦਾ ਅਸ਼ੁਭ ਇਹ ਸੋਚ ਕੇ ਸੋਨੂ ਰੋਵੇ ਨਾ ਸੰਤਾਂ ਤੋਂ ਲਿਆਂਦਾ ਪ੍ਰਸ਼ਾਦ ਉਹਨੂੰ ਦੇ ਦਿੱਤਾ ਦੀਪ ਨੇ ਉਹ ਤੋਂ ਪ੍ਰਸ਼ਾਦ ਖੋ ਲਿਆ ਲੱਗੀ ਮੈਨੂੰ ਗਾਲਾਂ ਕੱਢਣ ਤਾਨਿਆਂ ਨਾਲ ਕਾਲਜਾ ਫੂਕਣ ਅਖੇ ਪਹਿਲਾਂ ਟੂਨੇ ਟਾਮਣਾਂ ਨਾਲ ਮੇਰਾ ਪਤੀ ਖੋ ਲਿਆ ਹੁਣ ਮੇਰੇ ਪੁੱਤ ਦੇ ਪਿੱਛੇ ਪਈ ਹੋਈ ਹੈ ਘੇਰਨੇ ਪਾਉਣ ਲੱਗੀ ਮੈਂ ਕੀ ਬੋਲਦੀ ਕਾਨੂੰ ਭੈਣ ਜੀ ਇਹ ਪ੍ਰਸ਼ਾਦ ਆ ਉਹਨੂੰ ਆਪਣੇ ਰੋਲੇ ਗੋਲੇ ਚ ਸੁਣਿਆ ਹੀ ਨਾ ਮਨ ਚਾਈ ਅੱਖਾਂ ਰੰਡੀਆਂ ਸਭ ਕੁਝ ਤਾਂ ਤੂੰ ਮੇਰਾ ਸੰਭੀ ਫਿਰਦੀ ਐ ਮੈਂ ਹੀ ਖਾਲਮ ਖਾਲੀ ਆਈ ਖਸਮ ਕੋਲ ਫਫੇ ਕੁੱਟਣੀ ਨੇ ਇੱਕ ਦਿਨ ਚਾਰ ਚਾਰ ਲਾ ਕੇ ਦਸੀਆਂ ਮੇਰੀ ਤਾਂ ਸੁਣਦਾ ਹੀ ਨਹੀਂ ਸੀ ਕਹਿੰਦਾ ਜਾ ਚਾਰ ਦਿਨ ਪੇਖੀ ਲਾਇਆ ਨਾ ਕੀਤੀ ਝੀਆਂ ਲੈ ਲੈ ਪਵੇ ਫਿਰ ਕਹਿੰਦਾ ਕਲੇਸ਼ ਮਾੜਾ ਹੁੰਦਾ ਤੂੰ ਪਿੰਡ ਵਾਲੇ ਘਰ ਚ ਰਹਿ ਉਹ ਕਹਿੰਦੀ ਐ ਜਾਂ ਇਹ ਘਰ ਰਹੂ ਜਾਂ ਮੈਂ ਜੇ ਤੂੰ ਇੱਥੇ ਰਹੀ ਇੱਕ ਦੀ ਖੈਰ ਨਹੀਂ ਘਰ ਪਟਿਆ ਜਾਉ ਮੈਂ ਇੱਥੇ ਆ ਬੈਠੀ ਕਈ ਦਿਨ ਅੰਦਰੋਂ ਨਾ ਨਿਕਲੀ ਕਿਸੇ ਦੇ ਮੱਥੇ ਲੱਗਣ ਨੂੰ ਚਿਤ ਨਾ ਕਰੇ ਜਿਵੇਂ ਮੈਂ ਵੱਡੀ ਗੁਨਾਹਗਾਰ ਹੋਵਾਂ ਔਰੰਡੀ ਨੂੰ ਸ਼ਰਮ ਨਾ ਆਇਆ ਲੋਕ ਕਾਂਕੋਲ ਕਹੇ ਅਸੀਂ ਸਿਣਕ ਪਿਣਕਤੀ ਦਰਸੀਸ ਮੇਰੇ ਕੋਲੋਂ ਨਿਕਲ ਗਈ ਤੈਨੂੰ ਦੋਹਾਂ ਜਹਾਨਾਂ ਚ ਢੋਈ ਨਾ ਮਿਲੇ ਮੈਂ ਹੀ ਤੁਹਾਨੂੰ ਸਿਣਕ ਪਿਣਕਤਾ ਸੰਤਾਂ ਖੈ ਰਿਸ਼ਤਾ ਰਿਸ਼ਤੇ ਕੋਈ ਵਗ ਰਿਆ ਨੱਕ ਨਹੀਂ ਹੁੰਦੇ ਇਹ ਪਰਮਾਤਮਾ ਦੀ ਮਰਜ਼ੀ ਨਾਲ ਜੁੜਦੇ ਨੇ ਉਹਨੇ ਇੱਕ ਦਿਨ ਮੋੜਾ ਨਾ ਜਦੋਂ ਦਾਤੀ ਦੀ ਨਜ਼ਰ ਸਵੱਲੀ ਹੋਈ ਸੰਤਾਂ ਦੀ ਰੀਲ ਲਾ ਕੇ ਟੇਪ ਰਿਕਾਰਡ ਦਾ ਬਟਨ ਦਬ ਦਿੰਨੀ ਆ ਗੁਰਦੁਆਰਾ ਸਾਹਿਬ ਨੂੰ ਤੁਰ ਜਾਨੀ ਆ ਉਸ ਘਰ ਸ਼ਾਂਤੀ ਏ ਸਕੂਨ ਏ ਮੀਤ ਨਸੀਬੋ ਗੁਰਦੁਆਰੇ ਚਲੇਗੀ ਮੇਰੇ ਸਰਾਣੇ ਟੇਪ ਰਿਕਾਰਡ ਚ ਲਾਗੀ ਕੋਈ ਸਾਧੂ ਭੂਪਨਾ ਪਰਵਚਨ ਸੁਣਾ ਰਿਹਾ ਏ ਇਹ ਹੁਣ ਗੁਰਦੁਆਰੇ ਕੀ ਮੰਗਣ ਜਾਂਦੀ ਏ ਦਿਲ ਕਰਦਾ ਮੈਨੂੰ ਨਾਲ ਜਾਣ ਲਈ ਆਖੇ ਇਹਦੇ ਅਗਲੇ ਪਿਛਲੇ ਲਾਂਬੇ ਲਾਉਣ ਨੂੰ ਦਿਲ ਕਰਦਾ ਹੈ ਇਹ ਤੇ ਤਰਸ ਜਿਹਾ ਹੁੰਦਾ ਪਰ ਇਹ ਤਾਂ ਮੇਰੇ ਨਾਲ ਬੋਲਦੀ ਹੀ ਨਹੀਂ ਉੱਠਦੀ ਬੈੰਦੀ ਤੁਰਦੀ ਫਿਰਦੀ ਹੌਕੇ ਜੇ ਪਰ ਪਰ ਵਖਰੂ ਵਖਰੂ ਕਰੀ ਜਾਂਦੀ ਹੈ ਤਿੰਨ ਦਿਨ ਹੋ ਗਏ ਇੱਧਰ ਆਏ ਨੂੰ ਇਹਨੇ ਨਹੀਂ ਬੋਲ ਸੰਝਾ ਕੀਤਾ ਉਹ ਵੀ ਸਮਾਂ ਸੀ ਜਦੋਂ ਇਹਦੇ ਕੋਲ ਪਲ ਠਹਿਰਨ ਨੂੰ ਵੀ ਮਨ ਨਾ ਕਰਦਾ ਪਰ ਹੁਣ ਹੁਣ ਇਹੋ ਮਨ ਚਾਹੁੰਦਾ ਨਸੀਬੋ ਮੇਰੇ ਨਾਲ ਗੱਲਾਂ ਕਰੇ ਉਦੋਂ ਹਲਕਤ ਜੀ ਆਉਂਦੀ ਜਿਵੇਂ ਬੇ ਲੋੜਾ ਸ਼ੋਰ ਸਿਰ ਚ ਵੱਜਦਾ ਹੈ ਇਹਦਾ ਹਰ ਕੰਮ ਕੁਚੱਜਾ ਲੱਗਦਾ ਪੁਰਤਾ ਹੋਰੇ ਤੇ ਗੁਰਦੁਆਰੇ ਨਾਲ ਲਜਾਣ ਦੀ ਜਿੱਦ ਵੀ ਬੇਥਵੀ ਲੱਗਦੀ। ਭਾਵੇਂ ਜੋ ਗੁਰਦੁਆਰੇ ਮੰਗਣ ਜਾਂਦੀ ਸੀ ਉਹਦੀ ਮੈਨੂੰ ਵੀ ਲੋੜ ਸੀ। ਪਹਿਲਾਂ ਮੈਂ ਇਹਦੇ ਨਾਲ ਜਾਂਦਾ ਵੀ ਰਿਆ। ਡਾਕਟਰਾਂ, ਬਾਬਿਆਂ, ਸਾਧੂਆਂ, ਮੰਦਰਾ, ਮਸੀਤਾਂ ਜਿੱਥੇ ਆਖਦੀ ਨਾਲ ਜਾਂਦਾ। ਹਰ ਕੇ ਮਨ ਸਮਝਾ ਲਿਆ। ਇਹ ਕਲਰ ਕਾਠੀ ਚ ਕੁਛ ਨਹੀਂ ਉਗਣਾ। ਇਹ ਜਿੰਨਾ ਮਰਜ਼ੀ ਦਿਖਾਵਾ ਕਰੇ ਅੰਦਰੋਂ ਟੁੱਟੀ ਪਈ ਐ। ਇਹਨੂੰ ਤੋੜਨ ਲਈ ਮੈਂ ਜ਼ਿੰਮੇਵਾਰ ਆ। ਮੈਂ ਵੀ ਕੀ ਕਰਦਾ। ਟੁੱਟੇ ਪੱਤੇ ਵਾਂਗ ਮਨ ਦੇ ਆਖੇ ਲੱਗਿਆ ਉੱਡਿਆ ਫਿਰਦਾ ਰਿਹਾ। ਦੀਪੋ ਦੇ ਰੂਪ ਨੇ ਮੈਨੂੰ ਪਾਗਲ ਕਰਤਾ ਕਾਲਾ ਜਾਦੂ ਸੀ ਉਸ ਕੋਲ ਇੱਕ ਵਾਰ ਬੰਦੇ ਦੇ ਸਿਰ ਚ ਪਾਤਾ ਬੰਦਾ ਪਿੱਛੇ-ਪਿੱਛੇ ਜਦੋਂ ਪਹਿਲੀ ਵਾਰ ਧਿਆਨ ਨਾਲ ਦੇਖਿਆ ਆਹੀ ਓਟੇ ਕੋਲ ਬੈਠੀ ਰੋਟੀਆਂ ਭਕਾ ਰਹੀ ਸੀ ਬਾਹਾਂ 'ਚ ਤਾਲ ਨਾਲ ਖੜਕਦੀਆਂ ਚੂੜੀਆਂ ਨੇ ਮੇਰਾ ਧਿਆਨ ਖਿੱਚਿਆ ਸੀ ਉਹ ਆਟੇ ਦਾ ਪੇੜਾ ਕਰਦੀ ਭਰੇਥਣ ਲਾਉਂਦੀ ਚੱਕਲੇ ਤੇ ਰੱਖ ਕੇ ਵੇਲਣੇ ਨਾਲ ਵੇਲਦੀ ਫਿਰ ਹੱਥਾਂ 'ਚ ਚੱਕ ਇੱਧਰ-ਉੱਧਰ ਥਪੜੇ ਮਾਰਦੀ ਤਵੇ ਤੇ ਪਾ ਦਿੰਦੀ ਜਿਵੇਂ ਕੋਈ ਜਾਦੂਗਰ ਜਾਦੂ ਦੀ ਟਰਿਕ ਦਿਖਾ ਰਿਹਾ ਹੋਵੇ ਪਰਾਤ ਚ ਗੁੰਨਿਆ ਪਿਆ ਜਿਵੇਂ ਆਟਾ ਨਾ ਹੋਵੇ ਮੈਂ ਹਵਾਂ ਚੁੱਲੇ ਦੀ ਅੱਗ ਦੀ ਲੋ ਨਾਲ ਗੱਲਾਂ ਦੀ ਲਾਲੀ ਹੋਰ ਪੜਕ ਉੱਠਦੀ ਅੱਗ ਸਾਹਮਣੇ ਅੱਗ ਬੈਠੀ ਸੀ ਉਹਦੇ ਹਰ ਰੰਗ ਹਰ ਹਰਕਤ ਚ ਸਲੀਕਾ ਸੀ ਰੱਬ ਨੇ ਦੁਨੀਆ ਬਣਾਈ ਉਹਦੀ ਅੰਗ ਲਗਾਏ ਲੋੜਾਂ ਪੂਰੀਆਂ ਕਰਨ ਲਈ ਪਰ ਜਦੋਂ ਦੀਪੋ ਬਣਾਈ ਤਾਂ ਉਹਦਾ ਮਕਸਦ ਕੋਈ ਹੋਰ ਵੀ ਹੋਣਾ ਕਮਲਾ ਜੈ ਹੋ ਗਿਆ ਕੀੜਿਆਂ ਵਾਲੇ ਕੁੱਤੇ ਵਾਂਗੂ ਚੈਨ ਹੀ ਨਾ ਆਵੇ ਬਸ ਦੀਪੋ ਬਾਰੇ ਸੋਚੀ ਜਾਂਦਾ ਹੋਰ ਕੁਝ ਸੋਚਣਾ ਮੇਰੇ ਵਾਸਤੇ ਨਹੀਂ ਸੀ ਟਰੈਕਟਰ ਲੈ ਕੇ ਮੋਟਰ ਤੇ ਜਾਣਾ ਬੇਤਿਆਨ ਐਕਸੀਡੈਂਟ ਹੋਣੋਂ ਕਈ ਵਾਰ ਬਚਿਆ ਪਸ਼ੂਆਂ ਲਈ ਪੱਠੇ ਵੜਦੇ ਨੇ ਹੱਥ ਵਢਾ ਲੈਣਾ ਕੈਰੀਜ ਚ ਪਾਣੀ ਵਟਾਂ ਉੱਪਰੋਂ ਲੰਗੀ ਜਾਣਾ ਅੱਗੇ ਨੱਕਾ ਨਾ ਛੱਡਣਾ ਬੱਸ ਦੀਪੋ ਬਾਰੇ ਸੋਚੀ ਜਾਣਾ ਕਈ ਵਾਰ ਕਸ਼ਮੀਰੇ ਤੇ ਗੁੱਸਾ ਆਉਂਦਾ ਸਾਲਾ ਮੋਟੀ ਮੱਤ ਦਾ ਘਰੇ ਹੀ ਨਹੀਂ ਵੜਦਾ ਜੇ ਮੇਰੀ ਘਰ ਵਾਲੀ ਹੁੰਦੀ ਮੈਂ ਘਰੋਂ ਨਾ ਨਿਕਲਦਾ ਸਾਥ ਮੇਰੇ ਕੋਲੋਂ ਛੁੱਟ ਗਈ ਖੇਤ ਜਾ ਕੇ ਮਨ ਘਰ ਜਾਣ ਨੂੰ ਕਾਲਾ ਪੈਣ ਲੱਗਦਾ ਕਸ਼ਮੀਰੇ ਨਾਲ ਖਾਰ ਹੋਣ ਲੱਗੀ ਸਾਨੂੰ ਦੋਹਾਂ ਭਰਾਵਾਂ ਨੂੰ ਇੱਕੋ ਜਿੰਨੀ ਜ਼ਮੀਨ ਸੀ ਸ਼ਕਲਾਂ ਦਾ 19 ਕੀ ਦਾ ਫਰਕ ਮੈਂ ਖੇਤੀ ਦਾ ਕੰਮ ਚੱਕੀ ਫਿਰਦਾ ਉਹ ਲੰਡੂ ਵੈਲੀਆਂ ਨਾਲ ਤੁਰਿਆ ਰਹਿੰਦਾ ਫਿਰ ਵੀ ਉਹਨੂੰ ਦੁਨੀਆ ਦੀ ਸਭ ਤੋਂ ਸੋਹਣੀ ਧੀਵੇਂ ਮਿਲੀ ਸੀ ਮੈਨੂੰ ਇਹ ਉਹ ਵੀ ਫੰਡਰ ਇਹ ਗੁਰਦੁਆਰੇ ਪਾਠੀ ਬੋਲਦੇ ਨਾਲ ਜਾਂਦੀ ਮੈਂ ਵੀ ਨਾਲ ਚੱਲਿਆ ਜਾਂਦਾ ਦੀਪੋ ਦੇ ਆਉਣ ਬਾਅਦ ਇਹਦੇ ਨਾਲ ਜਾਣ ਨੂੰ ਦਿਲ ਨਾ ਕਰੇ ਇਹਨੇ ਜਾਣ ਇਹਨੇ ਨਾਲ ਜਾਣ ਲਈ ਕਿਹਾ ਮੈਂ ਕਿਹਾ ਤੂੰ ਇਕੱਲੀ ਜੀ ਜਾਇਆ ਨਹੀਂ ਤੂੰ ਵੀ ਰਹਿਣ ਦੇ ਪਾਠੀ ਸਪੀਕਰ 'ਚ ਪਾਠ ਕਰਦਾ ਘਰੇ ਸੁਣ ਸੁਣ ਜਾਂਦਾ ਮੇਰਾ ਧਿਆਨ ਪਾਠੀ ਵੱਲ ਕਿੱਥੇ ਸੀ ਧਿਆਨ ਤਾਂ ਦੀਪੋ ਦੀਆਂ ਝਾਂਜਰਾਂ ਦੀ ਛਣਕਾਰਤ ਵੱਲ ਸੀ ਉਹ ਸਵੇਰੇ ਉੱਠ ਕੇ ਕੰਮ ਕਰਦੀ ਫਿਰਦੀ ਬਿਨਾਂ ਉਸ ਵੱਲ ਦੇਖਿਆ ਦੱਸ ਸਕਦਾ ਸੀ ਕਦੋਂ ਪੈਰ ਚੁੱਕੇਗੀ ਕਦੋਂ ਰੱਖੇਗੀ ਪਰ ਉਸ ਵੱਲ ਦੇਖਿਆ ਜਾਂਦਾ ਅੰਨੀ ਬਹਾਨੀ ਨੇੜੇ ਹੋਣ ਦੀ ਕੋਸ਼ਿਸ਼ ਕਰਦਾ ਪਰ ਉਹ ਦਿਲ 'ਚ ਕੁਝ ਪਿਗਰਣ ਲਾ ਕੇ ਆਉ ਗਈ ਆਉ ਗਈ ਉਸ ਵੇਲੇ ਇਹ ਖੋਤ ਮੇਰੇ ਤੇ ਟੁੱਕਦੀ ਸੀ ਐ ਮੱਕ ਕੁੱਤਾ ਮਿਰਗਾ ਦੇ ਮਗਰ ਉਸ ਵੇਲੇ ਅੱਲੜੂ ਮਰੋ ਟੱਪ ਗਿਆ ਸੀ ਉਸ ਉਮਰ ਚ ਸਾਂ ਜਦੋਂ ਬੰਦਾ ਆਪਣਾ ਚੰਗਾ ਮਾੜਾ ਇੱਜ਼ਤ ਬੇਇੱਜ਼ਤੀ ਦਫਾ ਨੁਕਸਾਨ ਬਾਰੇ ਸੋਚ ਕੇ ਕਦਮ ਪੁੱਟਦਾ ਪਰ ਕਦਮ ਮੇਰੇ ਕਾਬੂ ਚ ਕਿੱਥੇ ਸੀ ਪੱਤੇ ਵਾਂਗ ਸੀ ਜਿਹਨੂੰ ਮਨ ਹਵਾ ਦੇ ਬੁੱਲੇ ਵਾਂਗ ਉਡਾਈ ਫਿਰਦਾ ਮਨ ਬੜਾ ਚੰਚਲ ਐ ਬੜਾ ਪਾਪੀ ਐ ਸੰਤ ਪਰਵਚਨ ਸੁਣਾ ਰਿਹਾ ਸੀ ਵੀਰ ਜੀ ਕੱਟਾ ਤਾਂ ਛੱਡਿਓ ਉਸ ਦਿਨ ਦੀ ਪੂਰੀ ਆਪ ਬੁਲਾਇਆ ਸੀ ਪਹਿਲੀ ਵਾਰ ਉਹ ਮੱਜਾਂ ਦੀਆਂ ਧਾਰਾਂ ਕੱਢ ਰਹੀ ਸੀ ਕੱਟਾ ਤਾਂ ਮੈਂ ਛੱਡਤਾ ਕਟਾ ਤਾਂ ਛੱਡਿਓ ਕਟਾ ਤਾਂ ਛੱਡਿਓ ਕਟਾ ਛੱਡਿਓ ਕਟਾ ਸ਼ਬਦ ਮੇਰਾ ਖਹਿੜਾ ਨਹੀਂ ਛੱਡ ਰਹੀ ਸੀ ਕਟਾ ਛੱਡਣ ਨੂੰ ਤਾਂ ਕਦੋਂ ਦਾ ਫਿਰਦਾ ਸੀ ਮਨ ਚਾਈ ਜਾਂਦਾ ਮਨਾ ਕਟਾ ਛੱਡ ਜੇ ਲਾ ਲਿਆ ਤਾਂ ਮौज ਕਰੀ ਲੱਤ ਮਾਰਗੀ ਤਾਂ ਦੇਖੀ ਜਾਉ ਮੇਰੇ ਅੰਦਰੋਂ ਕੋਈ ਬੋਲਦਾ ਇਹ ਗਲਤ ਹੈ ਕਿਉਂ ਇਹੋ ਜਿਹੇ ਫਜ਼ੂਲ ਬੇਤੁਕੀਆਂ ਸੋਚੀ ਜਾ ਰਿਹਾ ਰਿਸ਼ਤਾ ਤਾਂ ਦੇਖ ਤੇਰਾ ਉਹਦਾ ਕੀ ਹੈ ਪਰ ਸਾਲੇ ਰਿਸ਼ਤੇ ਵੀ ਤਾਂ ਆਪਣੇ ਬਣਾਏ ਹੋਏ ਨੇ ਜੇ ਇਹਦੇ ਨਾਲ ਮੇਰਾ ਵਿਆਹ ਹੋਇਆ ਹੁੰਦਾ ਮੇਰੀ ਘਰ ਵਾਲੀ ਹੁੰਦੀ ਜੋ ਹੋਊਗਾ ਦੇਖੀ ਜਾਊ ਮਨਾ ਛੱਡ ਕੱਟਾ ਇਹੋ ਹੀ ਦੀਪੋਵਲੀ ਬੈਠਕ ਆ ਜਿੱਥੇ ਕੱਟਾ ਛੱਡਿਆ ਸੀ ਮੱਸਿਆ ਦਾ ਦਿਨ ਸੀ ਨਸੀਬੋ ਸੰਤ ਦੇ ਡੇਰੇ ਦਵਾਈ ਖਾਂ ਜਾਂਦੀ ਹੁੰਦੀ ਉਥੇ ਬਾਂਜ ਤੀਵੀਆਂ ਨੂੰ ਪੌ ਫਟਾਲੇ ਤੋਂ ਪਹਿਲਾਂ ਦਹੀਂ ਨਾਲ ਦਵਾਈ ਖਲਾਈ ਜਾਂਦੀ ਕਈ ਮੱਸਿਆ ਉਹਦੇ ਨਾਲ ਗਿਆ ਸੀ ਇਹਨਾਂ ਪੂਪਣਿਆਂ ਨੂੰ ਮੰਨਦਾ ਨਹੀਂ ਪਰ ਦੁਖੀ ਹੋਇਆ ਬੰਦਾ ਸੋਹ ਪਾਸੇ ਹੱਥ ਪੈਰ ਮਾਰਦਾ ਖੇਤ ਵਾਰਿਆ ਸੀ ਨਸੀਬੋ ਆਪਣੇ ਬਾਪ ਨਾਲ ਦਵਾਈ ਖਾਣ ਗਈ ਸ਼ਮੀਰਾ ਸ਼ਹਿਰੋਂ ਦਿਨ ਖੜੀ ਮੋੜ ਆਇਆ। ਉਹਨੂੰ ਦੇਖ ਟਰੈਕਟਰ ਰੋਕ ਮੋਟਰ ਤੇ ਆ ਗਿਆ। ਉਹ ਅੰਗਰੇਜ਼ੀ ਸ਼ਰਾਬ ਦੀ ਬੋਤਲ ਲਈ ਫਿਰਦਾ ਸੀ ਕਹਿੰਦਾ ਘਰੇ ਜਾ ਕੇ ਫ੍ਰਿਜ ਚ ਰੱਖਦਾ। ਅੱਜ ਹੀ ਪੀਵਾਂਗੇ ਪਰ ਮੈਂ ਮੋਟਰ ਤੇ ਪੀਣ ਦਾ ਸਮਾਂ ਬਣਾ ਲਿਆ। ਉਹ ਬੋਤਲ ਮੁੱਕੀ ਘਰ ਦੀ ਕੱਢੀ ਦਾਰੂ ਦੀ ਬੋਤਲ ਐ। ਉਹਨੂੰ ਡਬਲ ਪੈਗ ਦਿੱਤੇ ਆਪ ਪੈਰਾਂ ਸਿਰ ਰਿਹਾ। ਉਹ ਨਸ਼ੇ 'ਚ ਟੱਲੀ ਹੋ ਗਿਆ। ਨੇਰਾ ਬਹੁਤ ਹੋ ਚੁੱਕਿਆ ਸੀ ਅੱਜ ਕਟਾ ਛੱਡਣ ਦਾ ਮੌਕਾ ਸੀ। ਟਰੈਕਟਰ ਦੀ ਥਾਂ ਮੋਟਰਸਾਈਕਲ ਚੱਕਿਆ। ਟਰਾਂਸਫਾਰਮਰ ਦੀ ਸੁੱਚ ਸਿੱਟ ਗਏ ਸਾਰੇ ਪਿੰਡ ਨੂੰ ਹਨੇਰੇ ਚ ਡਬੋਤਾ ਘਰ ਜਾ ਕੇ ਕੱਟਾ ਛੱਡਿਆ ਜਿਵੇਂ ਮੱਝ ਧਾਰ ਕੱਢਣ ਵਾਲਾ ਹੱਥ ਪਛਾਣਦੀ ਹੈ ਦੀਪੂ ਨੇ ਹਨੇਰੇ ਚ ਹੀ ਮੈਨੂੰ ਪਛਾਣ ਲਿਆ ਰੋਲਾ ਪਿਆ ਦੋਹਾਂ ਭਰਾਵਾਂ ਦੇ ਸਿਰ ਪਾਟੇ ਘਰ ਪਾਟਿਆ ਕਸ਼ਮੀਰੇ ਨੇ ਖੇਤ ਕੋਠੀ ਪਾਲੀ ਕਾਮ ਤੇ ਕ੍ਰੋਧ ਲੋਭ ਮੋਹ ਹੰਕਾਰ ਪੰਜ ਦੁਸ਼ਟਾਂ ਨੇ ਮਨੁੱਖ ਦੇ ਦੁਸ਼ਮਣ ਸੰਤ ਪਰਵਚਨ ਕਰ ਰਿਹਾ ਕਾਮ ਤੇ ਮੋਹ ਜ਼ਿੰਦਗੀ ਚੋਂ ਕੱਢ ਦਈਏ ਬਾਕੀ ਬਚਦਾ ਹੀ ਕੁਝ ਨਹੀਂ ਸਬਰ ਇਸ ਤੇ ਖਤਮ ਦੁਨੀਆ ਨਿਰਮਈ ਹੋ ਜਾਏ ਮੇਰੀ ਜ਼ਿੰਦਗੀ ਚ ਵੀ ਕੀ ਬਚਿਆ ਸੀ ਬਸ ਸਾਲਾ ਸੁਨਣਾਪਨ ਘਰ ਵੱਢ ਖਾਣ ਨੂੰ ਆਉਂਦਾ ਖੇਤ ਇਸ ਲਈ ਜਾਂਦਾ ਰਾਹ ਚ ਦੀਪੋ ਦੀ ਕੋਠੀ ਸੀ ਜਿਹਨੂੰ ਪਰਸੋਂ ਛੱਡ ਆਇਆ ਦੀਪੋ ਐਨੀ ਕੁੱਤੇ ਖਾਣੀ ਕਰਕੇ ਅੱਡ ਹੋਏ ਸੀ ਫਿਰ ਵੀ ਉਹਦੇ ਬਾਰੇ ਸੋਚਿਆ ਜਾਂਦਾ ਮੈਂ ਮਨ ਚ ਧਾਰ ਲਈ ਇਹਨੂੰ ਹਰ ਹਿੱਲੇ ਕਾਬੂ ਕਰਨਾ ਹੈ ਕਸ਼ਮੀਰੀ ਦੀ ਰੂਹ ਮੈਨੂੰ ਚੈਨ ਨਹੀਂ ਲੈਣ ਦਿੰਦੀ ਕਹਿੰਦੇ ਨੇ ਅਣਾਈ ਮੌਤ ਮਰੇ ਬੰਦੇ ਦੀ ਰੂਹ ਫਟਕਦੀ ਰਹਿੰਦੀ ਹੈ ਉਹ ਵੀ ਪ੍ਰੇਤ ਬਣ ਕੇ ਭਟਕਦਾ ਫਿਰਦਾ। ਕਾ ਨੂੰ ਐਡਾ ਪਾਪ ਕਰਨਾ ਸੀ ਆਖਰ ਅੰਮਾ ਜਾਇਆ ਸੀ। ਉਹਦੀ ਮੌਤ ਬਾਅਦ ਲੱਖ ਯਤਨ ਕਰਨ ਤੇ ਹੰਝੂ ਕੋਆਂ ਤੋਂ ਬਾਹਰ ਨਾ ਆਉਂਦੇ। ਸੱਥਰ ਤੇ ਬੈਠਾ ਬਾਰ-ਬਾਰ ਪੱਗ ਦਾ ਲੜਖਾਂ ਤੇ ਫੇਰਦਾ। ਮੇਰੇ ਅੰਦਰ ਕੁਝ ਖੁਸ਼ੀ ਨੱਚੀ ਜਾ ਰਿਆ ਸੀ। ਜਦੋਂ ਦੀਪੋ ਦੇ ਪੇਕਿਆਂ ਵੱਲੋਂ ਕਿਸੇ ਨੇ ਪੱਗ ਸੋਨੂ ਦੇ ਸਿਰ ਬੰਨਣ ਦੀ ਗੱਲ ਤੋਰੀ ਤਾਂ ਮੇਰਾ ਰੋਣ ਨਿਕਲਿਆ ਸੀ। ਇਹ ਸਾਲਾ ਰੋਣਾ ਹੱਸਣਾ ਵੀ ਬੰਦੇ ਦੇ ਵਸ ਨਹੀਂ ਹੁੰਦਾ। ਬੰਦਾ ਤਾਂ ਟੁੱਟਿਆ ਪੱਤਾ। ਦੀਪੂ ਜਿਹੜੀ ਮੈਨੂੰ ਦੇਖ ਨਹੀਂ ਸੀ ਸੁਖਾਂਦੀ ਉਹ ਮੇਰੀ ਪਟਰਾਣੀ ਬਣ ਗਈ ਤੇ ਫਰਮਾਨ ਜਾਰੀ ਕਰਤਾ ਇੱਕ ਦਾ ਬਣ ਕੇ ਰਹਿ ਨਸੀਬੋ ਤੋਂ ਮਾੜਾ ਜੇ ਮੂੰਹ ਕੀ ਮੋੜਿਆ ਇਹ ਇੱਥੇ ਆ ਬੈਠੀ ਹੂੰ ਚੰਗਾ ਹੀ ਹੋਇਆ ਕੱਠੀਆਂ ਹੁੰਦੀਆਂ ਦੋਵੇਂ ਲੜਦੀਆਂ ਕਈ ਵਾਰ ਰਸਤੇ 'ਚ ਇਹਨੂੰ ਬੁਲਾਉਣ ਦਾ ਮਨ ਬਣਾਇਆ ਇਹ ਪਾਸਾ ਵੱਟ ਕੇ ਤੁਰ ਜਾਂਦੀ ਕਲੇਸ਼ ਤੋਂ ਡਰਦਾ ਮੈਂ ਵੀ ਚੁੱਪ ਹੋ ਜਾਂਦਾ ਸਾਥ ਸੰਗਤ ਜੀ ਜਿਵੇਂ ਕਸਤੂਰੀ ਵਾਲਾ ਮਿਰਗ ਪਟਕਦਾ ਕਸਤੂਰੀ ਦੀ ਪਾਲ 'ਚ ਜੰਗਲ 'ਚ ਸੰਤ ਕੋਈ ਕਥਾ ਸੁਣਾ ਰਿਹਾ ਸੀ ਕਮਰੇ ਅੰਦਰ ਜਾਣੀ ਪਹਿਚਾਣੀ ਮਹਿਕ ਆਈ ਅੱਖਾਂ ਤਾਂ ਚੁੱਕੀਆਂ ਦੀਪੋ ਸੀ ਸਮੇ ਨੇ ਇਹਨੂੰ ਮੇਰੇ ਵਾਂਗ ਬੁੱਢਾ ਨਹੀਂ ਕੀਤਾ ਚੁੰਨੀ ਸਿਰ ਤੋਂ ਲੈ ਕੇ ਗਲ ਚ ਪਈ ਹੋਈ ਸਿਰ ਦੇ ਵਾਲਾਂ ਚ ਕੋਈ ਕੋਈ ਚਿੱਟਾ ਅਜੇ ਵੀ ਅੰਦਰ ਦੇ ਅਖਾੜੇ ਦੀ ਅਪਸਰਾਰਗੀ ਗੁੱਸੇ ਚ ਗੱਲਾਂ ਲਾਲ ਦੋਵੇਂ ਹੱਥ ਟਾਕਾਂ ਤੇ ਰੱਖੀ ਖੜੀ ਉਹਨੇ ਟੇਪ ਰਿਕਾਰਡ ਬੰਦ ਕਰਤਾ ਅੱਛਾ ਤਾਂ ਤੂੰ ਇੱਥੇ ਆਇਆ ਬੈਠਾ ਹੈ ਮੂੰਹ ਚੋਂ ਲਾਟਾਂ ਨਿਕਲੀਆਂ ਨਾ ਮੈਂ ਤੈਨੂੰ ਖਾਂਦੀ ਸੀ ਮੈਂ ਘਰੇ ਬੈਠੀ ਅੱਡ ਤੜਫੀ ਜਾਨੀ ਹੁਣ ਤੇਰੀ ਕੀ ਸੱਪ ਲੜ ਗਿਆ ਉਦੋਂ ਤਾਂ ਕਹਿੰਦਾ ਸੀ ਸਾਰੀ ਉਮਰ ਪੈਰ ਧੋ ਧੋ ਪੀਉ ਹੁਣ ਵਿਚਾਲੇ ਡੋਬਾ ਦੇ ਆਇਆ ਨਾ ਹੁਣ ਬੋਲਦਾ ਨਹੀਂ ਮੈਂ ਕੁੱਤੀ ਭੌਂਕਦੀ ਆਂ ਚੋਰਿਆ ਮੈਂ ਤੇਰਾ ਪਜਾਮਾ ਜਿਆ ਪਾਟ ਦੂੰ ਪਾਟ ਚਾਹੇ ਛੱਡ ਕੁਲਦੀਪ ਕੋਰੇ ਪਜਾਮੇ ਚ ਹੁਣ ਕੁਛ ਨਹੀਂ ਇਹ ਸ਼ਬਦ ਮੇਰੇ ਸੰਗ ਚੜ ਗਏ ਨਜ਼ਰਾਂ ਝੁਕਦੀਆਂ ਝੁਕਦੀਆਂ ਉਹਦੇ ਪੈਰਾਂ ਤੇ ਚਲੀਆਂ ਗਈਆਂ ਮੂੰਹੋਂ ਨਿਕਲਿਆ ਹੂੰ ਧੰਨਵਾਦ